ਇਸ ਵਕਤ ਅਸੀਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਅਸੀਂ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਦੱਸਾਂਗੇ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਅੰਦਰ ਇਹਨਾਂ ਦਿਨਾਂ ਦੇ ਵਿੱਚ ਨਵਾਂ ਅਲਰਟ ਅੱਜ ਕੀ ਜਾਰੀ ਕੀਤਾ ਅਤੇ ਗੱਲ ਕਰਾਂਗੇ ਪੜੋਸੀ ਸੂਬਾ ਹਰਿਆਣਾ ਦੇ ਵਿੱਚ ਵੀ ਕਿਸ ਤਰੀਕੇ ਦਾ ਮੌਸਮ ਰਹਿਣ ਵਾਲਾ ਹੈ। ਤਾਂ ਮੌਸਮ ਦੀ ਹਰ ਇੱਕ ਅਪਡੇਟ ਅਸੀਂ ਦੋਨੋਂ ਸੂਬਿਆਂ ਦੀ ਤੁਹਾਡੇ ਤੱਕ ਸ਼ੇਅਰ ਕਰਨ ਜਾ ਰਹੇ ਹਾਂ। ਦੱਸ ਦਈਏ ਕਿ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਵਿੱਚੋਂ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ਸਣੇ, ਚੰਡੀਗੜ੍ਹ ਦੇ ਵਿੱਚ ਅੱਜ ਬਰਸਾਤ ਦੇ ਹਲਕੇ ਆਸਾਰ ਬਣ ਰਹੇ ਹਨ। ਹੋਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਤੋਂ ਮੌਸਮ ਖੁਸ਼ਕ ਰਹਿਣ ਵਾਲਾ ਹੈ। ਮੌਸਮ ਵਿਗਿਆਨ ਕੇਂਦਰ IMD ਦੇ ਮੁਤਾਬਿਕ ਅਗਲੇਰੇ ਦਿਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹੇਗਾ, ਲੇਕਿਨ ਤਾਪਮਾਨ ਦੇ ਵਿੱਚ ਜ਼ਿਆਦਾ ਅੰਤਰ ਦੇਖਣ ਨੂੰ ਨਹੀਂ ਮਿਲੇਗਾ। ਉੱਥੇ ਬੀਤੇ ਦਿਨ ਪੂਰੇ ਸਮੁੱਚੇ ਸੂਬੇ ਦੇ ਵਿੱਚ ਬਾਰਿਸ਼ ਦਰਜ ਨਹੀਂ ਕੀਤੀ ਗਈ, ਤਾਪਮਾਨ ਦੇ ਵਿੱਚ ਬਦਲਾਵ ਦੇਖਣ ਨੂੰ ਨਹੀਂ ਮਿਲਿਆ ਅਤੇ ਤਾਪਮਾਨ ਵੀ ਆਮ ਨਹੀਂ ਸੀ। ਜਦਕਿ ਫਰੀਦਕੋਟ ਦੇ ਵਿੱਚ ਤਾਪਮਾਨ 37.4 ਡਿਗਰੀ ਰਿਕਾਰਡ ਕੀਤਾ ਗਿਆ। ਉੱਥੇ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਵ ਦੇਖਣ ਨੂੰ ਨਹੀਂ ਮਿਲਿਆ, ਤਾਪਮਾਨ ਉੱਥੇ ਪਹਿਲਾਂ ਦੀ ਭਾਂਤੀ 34 ਡਿਗਰੀ ਸੈਲਸੀਅਸ ਹੀ ਰਿਕਾਰਡ ਦਰਜ ਹੋਇਆ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਮਹੀਨੇ ਦੇ ਅਖੀਰ ਤੱਕ ਮੌਨਸੂਨ ਪੂਰੀ ਤਰ੍ਹਾਂ ਤੋਂ ਵਾਪਿਸ ਹੋ ਜਾਵੇਗਾ। ਪੰਜਾਬ ਦੇ ਮਹਿਜ 7 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਬਰਸਾਤ ਹੋਈ ਹੈ, ਜਦਕਿ 16 ਜ਼ਿਲ੍ਹਿਆਂ ਦੇ ਵਿੱਚ 58-23 ਫੀਸਦੀ ਤੱਕ ਘੱਟ ਬਰਸਾਤ ਦੇਖਣ ਨੂੰ ਮਿਲੀ ਹੈ। ਚੰਡੀਗੜ੍ਹ ਦੇ ਵਿੱਚ 1 ਜੂਨ ਤੋਂ 16 ਸਤੰਬਰ ਤੱਕ ਆਮ ਤੋਂ 20% ਤੱਕ ਬਰਸਾਤ ਰਿਕਾਰਡ ਕੀਤੀ ਗਈ ਹੈ। ਇਹ ਆਮ ਨਾਲੋਂ 818.4 mm ਬਰਸਾਤ ਰਿਕਾਰਡ ਹੋਈ ਹੈ, ਜਦਕਿ ਇਸ ਸਾਲ ਮਹਿਜ਼ 656 mm ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਦਕਿ ਪੰਜਾਬ ਦੇ ਵਿੱਚ 413.3 mm ਬਰਸਾਤ ਜੋ ਕਿ ਆਮ ਹੈ ਉਹ ਰਿਕਾਰਡ ਕੀਤੀ ਗਈ ਹੈ। ਇਸ ਸੀਜ਼ਨ 'ਚ ਇਹ ਮਹਿਜ਼ 306.8 mm ਹੀ ਬੱਦਲ ਬਰਸੇ ਹਨ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਦਲ ਇਸ ਸੀਜ਼ਨ ਦੇ ਵਿੱਚ ਤਰਨ ਤਾਰਨ ਦੇ ਵਿੱਚ ਬਰਸੇ ਹਨ, ਜਿੱਥੇ 406.3 mm ਬਰਸਾਤ ਰਿਕਾਰਡ ਦਰਜ ਹੋਈ ਹੈ। ਉੱਥੇ ਸਭ ਤੋਂ ਘੱਟ ਬਰਸਾਤ ਇਸ ਵਾਰ ਬਠਿੰਡਾ ਹਲਕੇ ਦੇ ਵਿੱਚ ਹੋਈ ਹੈ, ਜਿੱਥੇ ਮਹਿਜ਼ 115.7 mm ਹੀ ਬਰਸਾਤ ਰਿਕਾਰਡ ਦਰਜ ਹੋਈ ਹੈ। ਇਸੇ ਤਰ੍ਹਾਂ ਪੜੋਸੀ ਸੂਬੇ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ 2 ਦਿਨਾਂ ਦਾ ਅਲਰਟ ਜਾਰੀ ਕੀਤਾ ਹੈ। ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ 2 ਦਿਨ ਮੌਸਮ ਬੱਦਲਵਾਈ ਦੇ ਵਾਂਗ ਰਹੇਗਾ ਅਤੇ ਕੁਛ ਥਾਵਾਂ 'ਤੇ ਛਿਟਪੁਟ ਬਰਸਾਤ ਹੋ ਸਕਦੀ ਹੈ ਅਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਹੀ ਰਹੇਗਾ। ਤਾਂ ਇਹ ਦੋਨੋਂ ਸੂਬਿਆਂ ਦੀ ਅਸੀਂ ਮੌਸਮ ਸੰਬੰਧੀ ਵੱਡੀ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕੀਤੀ ਹੈ। ਇਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।